ਆ ਦੋਸਤੋ ਮੇਰੇ ਨਵੇਂ ਗਜ਼ਲ ਸੰਗ੍ਰਹਿ ਸੁਰਤਾਲ ਦੇ ਵਿੱਚੋਂ ਇੱਕ ਗਜ਼ਲ ਹਾਜ਼ਰ ਹੈ ਕਿ ਸ਼ਬਦ ਹਮੇਸ਼ਾ ਚੁੱਪ ਰਹਿੰਦੇ ਨੇ ਜਿਸ ਵੇਲੇ ਕਿਰਦਾਰ ਬੋਲਦਾ ਵਕਤ ਹੰਗਾਰਾ ਭਰਦਾ ਆਪੇ ਸੁਣ ਕੇ ਮਹਿਰਮ ਯਾਰ ਬੋਲਦਾ ਤਰਤ ਆਕਾਸ਼ ਪਤਾਲ ਤੇ ਚੌਥਾ ਕੁੱਲ ਸ੍ਰਿਸ਼ਟੀ ਰੌਣਕ ਮੇਲਾ ਸਗਲ ਬਨਸਪਤ ਗਉਂਦੀ ਜਾਪੇ ਜਦ ਤੂੰ ਅੰਦਰ ਬਾਤ ਬੋਲਦਾ ਟੁੱਟਵੀਂ ਬਾਤ ਭੁਲਾਵੇਂ ਅੱਖਰ ਕਿੱਲਰੇ ਪੁਲਰੇ ਮੰਨ ਦੇ ਵਰਕੇ ਇੱਕ ਸੁਰ ਹੋ ਕੇ ਤੁਰ ਪੈਂਦੇ ਨੇ ਜਦ ਵੀ ਸੂਤਰ ਧਾਰ ਬੋਲਦਾ 헤 ਮਨ ਮੇਰੇ ਵੇਖੀ ਕਿਧਰੇ ਡੋਲੀ ਝਟਕੀ ਬਿਲਕੁਲ ਨਾ ਤੂੰ ਇਸ ਨੂੰ ਬਿਲਕੁਲ ਸੱਚ ਨਾ ਮੰਨੇ ਜੋ ਬੋਲੀ ਅਖਬਾਰ ਬੋਲਦਾ ਨਾ ਲੱਤਾਂ ਨਾ ਬਾਹ ਸਾਬਤ ਸੀਸ ਵੀ ਹੋਣਾ ਇਹ ਬੁੱਤ ਕਿਸ ਦਾ ਕਿਸਮੂ ਨਾਲ ਭਲਾ ਮੈਂ ਇਸ ਦੀ ਦਸ ਤੂੰ ਜੈਜਕਾਰ ਬੋਲਦਾ ਲੋਕ ਹਮੇਸ਼ਾ ਉਸ ਚਿਹਰੇ ਨੂੰ ਆਪਣੇ ਵਿੱਚੋਂ ਖਾਰਜ ਕਰਦੇ ਕੁਰਸੀ ਧਾਰੀ ਇੰਨਾ ਬੋਲਾ ਜਿਹੜਾ ਬਣ ਸਰਕਾਰ ਬੋਲਦਾ ਮਿੱਠੀ ਮਾਤ ਜਬਾਨ ਭਰਾਵਾ ਛੱਡੀ ਨਾ ਗੁਰ ਭਜਨ ਸਿਆਂ ਤੂੰ ਇਸੇ ਕਰਕੇ ਆਪਾਂ ਕਹੀਏ ਉਹ ਸਾਡਾ ਸਰਦਾਰ ਬੋਲਦਾ ਸ਼ਬਦ ਹਮੇਸ਼ਾ ਚੁੱਪ ਰਹਿੰਦੇ ਨੇ ਜਿਸ ਵੇਲੇ ਕਿਰਦਾਰ ਬੋਲਦਾ ਵਕਤ ਹੰਗਾਰਾ ਪਰਦਾ ਆਪੇ ਸੁਣ ਕੇ ਮਹਿਰਮ ਯਾਰ ਬੋਲਦਾ ਤਰਤ ਆਕਾਸ਼ ਪਤਾਲ ਤੇ ਚੌਥਾ ਕੁੱਲ ਸ੍ਰਿਸ਼ਟੀ ਝੌਣਕ ਮੇਲਾ ਸਗਲ ਬਨਸਪਤ ਗਉਂਦੀ ਜਾਪੇ ਜਾਤੂ ਅੰਦਰਵਾਰ ਬੋਲਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਗੁਰਪ੍ਰਜਨ ਗਿੱਲ